ਹੈਲੋ, ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ। ਅਤੇ ਇੱਥੇ ਸ਼ੁੱਕਰਵਾਰ ਦਾ ਟਾਈਮ ਦਿਨ ਆ ਜੀ, 8 ਵਜੇ ਦਾ ਰਾਤ ਦਾ ਟਾਈਮ ਆ। ਅਤੇ ਦੋ ਨਣਦਾਂ ਮੇਰੀਆਂ ਚਲੀਆਂ ਗਈਆਂ ਜੀ, ਇੱਕ ਇੱਥੇ ਅਤੇ ਮੇਰਾ ਪੁੱਤਰ ਸੁੱਤਾ ਪਿਆ। ਮੇਰੀ ਜਿਹੜੀ ਜੀ ਸੁੱਤੀ ਪਈ, ਮੇਰੀ ਪੁੱਤਰੀ ਜੀ ਚੋਈਆਂ ਹੋਈਆਂ ਕਰਦੀ ਆ, ਬੁਖਾਰ ਚੋਗਣ ਨੈਨੂੰ। ਹਾਂ ਪੁੱਤ, ਬੁਖਾਰ ਚੋਗੋ ਮੇਰੇ ਪੁੱਤ ਨੂੰ, ਉੱਤੇ ਲੈ ਲਓ ਪੁੱਤ ਕੰਬਲ। ਨਹੀਂ ਮੇਰੇ ਸੋਹਣੇ ਜੇ ਪੁੱਤ ਨੂੰ ਬੁਖਾਰ ਚੱਗ ਗਿਆ, ਸੋਹਣੇ ਸੋਜਾ ਪੁੱਤ ਛੋਲਾ। ਦੇਖੋ ਨਿਸ਼ਾਨ ਬੁਖਾਰ ਚੱਗ ਗਿਆ ਛੱਦੇ ਨੂੰ, ਬਈ ਸੋਹਣੇ ਕਾਕੇ ਨੂੰ। ਮੇਰੇ ਸੋਹਣੇ ਜੇ ਕਾਕੇ ਨੂੰ ਬੁਖਾਰ ਚੱਗ ਗਿਆ ਨੀ, ਹੈ ਨਾ ਪੁੱਤ, ਬੁਖਾਰ ਚੱਗ ਗਿਆ। ਸੋਜੇ ਮੰਜੇ ਕਰਨੇ, ਸੋਜੋ ਕੰਬਲ ਲੈ ਕੇ ਉੱਪਰ ਸੋਜੋ, ਠੀਕ ਹੈ? ਓਕੇ ਠੀਕ ਹੈ, ਮੈਂ ਬਾਹਰ ਕੰਮ ਕਰ, ਠੀਕ ਹੈ, ਬਾਏ ਬਾਏ ਕਰ ਦਿਓ, ਬਾਏ, ਠੀਕ ਹੈ। ਹੈਲੋ ਜੀ, ਸਤਿ ਸ਼੍ਰੀ ਅਕਾਲ। ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹੋਰ ਸੁਣਾਓ ਜੀ, ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ? ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ, ਖੁਸ਼ ਹੋਵੋਗੇ, ਖੁਸ਼ਹਾਲ ਹੋਵੋਗੇ, ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ। ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਰੱਖਣ। ਲਓ ਜੀ, ਬਲੌਗ ਆਪਾਂ ਕੱਲ੍ਹ ਸ਼ਾਮ ਨੂੰ ਸਟਾਰਟ ਕਰਤਾ ਸੀ, ਪਰ ਉਸ ਤੋਂ ਬਾਅਦ ਕੋਈ ਵੀ ਜਿਹੜਾ ਫਿਰ ਵੀਡੀਓ ਬਣਿਆ ਹੀ ਨਹੀਂ ਹੈਗਾ, ਕਿਉਂਕਿ ਕੁਛ ਤਾਂ ਕੰਮਕਾਰ ਬਹੁਤ ਜ਼ਿਆਦਾ ਸੀ, ਥਕਾਵਟ ਵੀ ਹੋਈ ਹੋਈ ਸੀ ਕਾਫੀ ਦਿਨਾਂ ਤੋਂ, ਤੁਹਾਨੂੰ ਪਤਾ ਹੀ ਹੈ ਕੰਮਕਾਰ ਮੇਰੇ ਚੱਲ ਰਹੇ ਸੀਗੇ। ਅਤੇ ਅੱਜ ਦਿਨ ਹੈਗਾ ਗਾ, ਟਾਈਮ 4 ਵਜੇ ਦਾ ਦਿਨ ਹੈਗਾ, ਅੱਜ ਸ਼ਨੀਵਾਰ। ਅਤੇ ਇੰਨੇ ਕੰਮ ਸੀਗੇ ਅੱਜ ਵੀ, ਕੱਲ੍ਹ ਤਾਂ ਮੈਂ ਪੂਰਾ ਦਿਨ, 3-4 ਦਿਨ ਸ਼ਾਇਦ 5 ਦਿਨ ਹੀ ਹੋ ਗਏ ਹੁਣ, ਮੈਂ ਬਿਲਕੁਲ ਵੀ ਆਰਾਮ ਨਹੀਂ ਕੀਤਾ। ਰਾਤ ਦੇ 12-12 ਜਾਂ 1-1 ਵਜੇ ਤੱਕ ਸੋਈ ਹੈਗੀ, ਅਤੇ ਦਿਨ ਦੇ ਵਿੱਚ ਬਿਲਕੁਲ ਵੀ ਰੈਸਟ ਨਹੀਂ ਹੋਈ ਹੈਗੀ। ਅੱਜ ਕੱਪੜੇ ਸੁਬਾਹ ਟਾਈਮ ਧੋਤੇ ਸੀਗੇ ਮੈਂ, ਮੇਰੀ ਨਣ ਦੀ, ਇੱਕ ਨਣ ਦੀ ਮੇਰੀ ਅੱਜ ਗਈ ਹੈ ਚੀਮਿਆਂ ਵਾਲੀ, ਅੱਜ ਗਈ ਹੈ ਸ਼ਾਇਦ 12:30 ਵਜੇ। ਦੋ ਮੇਰੇ ਨਣ ਦਾ ਕੱਲ੍ਹ ਸ਼ੁੱਕਰਵਾਰ ਨੂੰ ਚਲੀ ਗਈਆਂ ਸੀਗੀਆਂ। ਚਲੋ ਜੀ, ਅੱਜ ਬਹੁਤ ਜ਼ਿਆਦਾ ਉੱਧਰ ਦੁੱਧ ਵੀ ਰੱਖਿਆ ਹੋਇਆ, ਦੇਖੋ ਗਰਮ ਕਰਕੇ, ਇੰਨੇ ਕੱਪੜੇ ਅੱਜ ਮੈਂ ਧੋਤੇ ਨੇ, ਪੂਰੀ ਭੰਡ ਕੱਪੜਿਆਂ ਦੀ ਅੱਜ ਮੈਂ ਧੋਤੀ ਹੈ, ਕੁਛ ਹਜੇ ਬਾਹਰ ਸੁੱਕਣੇ ਪਾਏ ਹੋਏ ਨੇਗੇ। ਅਤੇ ਦੂਸਰਾ ਜਿਹੜੇ ਬਿਸਤਰੇ ਸੀਗੇ ਉਹ ਵੀ ਸਾਰੇ ਬਾਹਰ ਧੁੱਪ ਦੇ ਵਿੱਚ ਪਾਏ ਹੋਏ ਨੇ, ਕਿਉਂਕਿ 2-3 ਦਿਨ ਲਗਾਤਾਰ ਮੀਂਹ ਪੈਣ ਕਰਕੇ ਨਾ ਸਿੱਲ ਜਿਹੀ ਹੋਈ ਪਈ ਸੀ, ਬਿਸਤਰਿਆਂ 'ਚ ਵੀ ਸਮੈਲ ਜਿਹੀ ਆਈ ਜਾਂਦੀ ਸੀ, ਸਾਰੇ ਬਾਹਰ ਧਾਰ 'ਤੇ ਪਾਏ ਸੀਗੇ। ਹੁਣ ਉਹ ਵੀ ਚੱਕ ਕੇ ਲਿਆ ਕੇ ਅੰਦਰ ਰੱਖਣੇ ਨੇਗੇ। ਅਤੇ ਕੰਮ ਬਹੁਤ ਜ਼ਿਆਦਾ ਸੀ, ਪਰ ਹੁਣ ਫ੍ਰੀ ਹਾਂ ਜੀ ਥੋੜ੍ਹਾ ਟਾਈਮ, ਪਰ ਹੁਣ ਮੈਂ ਆਪਣਾ ਵੀਡੀਓ ਦਾ ਕਰੂੰਗੀ ਕੰਮ, ਅਤੇ ਉਸ ਤੋਂ ਬਾਅਦ ਕੱਪੜੇ ਤੈਅ ਕਰਨੇ ਨੇ, ਇਹਨਾਂ ਨੂੰ ਵੀ ਤੈਅ ਕਰਕੇ ਰੱਖਣਾ, ਇੱਕ ਬਹੁਤ ਵੱਡਾ ਟਾਰਗੇਟ ਹੈਗਾ, ਬਹੁਤ ਜ਼ਿਆਦਾ ਕੰਮ ਔਖਾ ਹੈਗਾ ਇਹ, ਹੈ ਨਾ। ਪਹਿਲਾਂ ਧੋਣ ਦੀ ਟੈਨਸ਼ਨ, ਫਿਰ ਤੈਅ ਕਰਕੇ ਅਲਮਾਰੀ 'ਚ ਸੈੱਟ ਕਰਨ ਦੀ ਟੈਨਸ਼ਨ, ਅਤੇ ਬਾਹਰੋਂ ਜਿਹੜੇ ਹਜੇ ਬਿਸਤਰੇ ਨੇ ਉਹ ਵੀ ਤੈਅ ਕਰਕੇ ਰੱਖਣੇ ਪੈਣਗੇ ਪੇਟੀਆਂ ਦੇ ਵਿੱਚ। ਅਤੇ ਚਲੋ ਜੀ, ਦੇਖੋ ਮੇਰੇ ਵਾਲ, ਪਰ ਮੈਂ ਫਿਰ ਵੀ ਭੁੱਲ ਜਾਂਦੀ ਹੈਗੀ ਆਪਣਾ ਉਹ ਕਰਨਾ, ਚੌਲਾਂ ਵਾਲਾ ਪਾਣੀ, ਅਤੇ ਫਿਰ ਵੀ ਠੀਕ ਨੇ ਵਾਲ, ਵਧੀਆ ਨੇ ਮੇਰੇ, ਮਤਲਬ ਕਿ ਗਰੋਥ ਵਧੀਆ ਹੈਗੀ। ਅਤੇ ਜਿਵੇਂ ਟੁੱਟਦੇ ਸੀਗੇ ਕਾਫੀ ਹੱਦ ਤੱਕ, ਮੈਨੂੰ ਬਹੁਤ ਮਤਲਬ ਠੀਕ ਨੇ ਮੇਰੇ ਵਾਲ, ਟੁੱਟਣੋਂ ਘੱਟ ਵੀ ਗਏ, ਮਤਲਬ ਹਟ ਹੀ ਗਏ। ਅਤੇ ਫੇਸ ਨੂੰ ਲੈ ਕੇ ਪੁੱਛਦੇ ਸੀ ਇੱਕ ਭੈਣ ਵੀ, ਪਤਾ ਨਹੀਂ ਡਾਕਟਰ ਨੂੰ, ਦੇਖੋ ਗਦੜਿਆਣੀ ਵਾਲੇ ਡਾਕਟਰ ਨੇ ਜੀ, ਮੈਂ ਕਾਫੀ ਵਾਰ ਦੱਸ ਵੀ ਚੁੱਕੀ ਹੈਗੀ, ਗਦੜਿਆਣੀ ਡਾਕਟਰ ਨੇ ਜਿਹੜੇ ਟਾਈਫਾਇਡ ਵਾਲੇ, ਉੱਥੇ ਤੁਸੀਂ ਜਾ ਸਕਦੇ ਹੋ, ਵੈਸੇ ਉਹ ਟਾਈਫਾਇਡ ਵਾਲੇ ਹੀ ਨੇ ਜੀ, ਅਤੇ ਕੋਈ ਪ੍ਰੋਪਰ ਮੈਂ ਸਕਿੰਨ ਦੇ ਡਾਕਟਰ ਨਹੀਂ ਹੈਗੇ, ਵੀ ਸਕਿੰਨ ਦੇ ਨੇਗੇ, ਹੈ ਨਾ, ਪਰ ਉਹ ਟਾਈਫਾਇਡ ਵਾਲੇ ਨੇਗੇ, ਪਰ ਦਵਾਈ ਚਲੋ ਦੇ ਦੇਣਗੇ, ਤੁਸੀਂ ਜਾ ਆਓ ਉੱਥੇ, ਹੈ ਨਾ। ਅਤੇ ਬਾਕੀ ਮੈਂ ਆਪਣਾ ਜਿਹੜਾ ਹੋਮਮੇਡ ਪੈਕ ਵਗੈਰਾ ਲਾ ਰਹੀ ਹਾਂ, ਉਹਦੇ ਨਾਲ ਮੈਨੂੰ ਕਾਫੀ ਜ਼ਿਆਦਾ ਫਰਕ ਹੈਗਾ, ਛਣ ਜੇ ਗਈਆਂ ਦੇਖੋ ਇਸ ਇੱਥੋਂ, ਡੱਬ ਜੇ ਪੈ ਗਏ ਕਾਫੀ ਜ਼ਿਆਦਾ, ਮਤਲਬ ਠੀਕ ਹੋਣੇ ਸ਼ੁਰੂ ਹੋ ਗਏ। ਹੁਣ ਮੈਨੂੰ ਠੀਕ ਵੀ ਲੱਗ ਰਿਹਾ, ਕੁਛ ਥੋੜ੍ਹੀ ਵੀਕਨੈਸ ਕਰਕੇ ਵੀ ਮੈਨੂੰ ਨਾ ਜ਼ਿਆਦਾ ਹੁੰਦਾ ਮੇਰੇ ਵਿੱਚ, ਮਤਲਬ ਵੈਸੇ ਖੂਨ ਟੈਸਟ ਕਰਵਾਇਆ ਸੀਗਾ 3 ਤਰ੍ਹਾਂ ਜਿਵੇਂ, ਹੈ ਨਾ, ਉਹ ਠੀਕ ਆਈ ਹੈ ਰਿਪੋਰਟ,
ਪਰ ਮੈਨੂੰ ਕੋਈ ਵੀਕਨੈਸ ਕਰਕੇ ਹੈ ਵੀ ਜਿਹੜੀ ਪਹਿਲਾਂ ਵੀਕਨੈਸ ਪੈ ਜਾਂਦੀ ਉਹਦੇ ਕਰਕੇ ਥੋੜ੍ਹਾ ਜਿਹਾ ਹੋਇਆ ਪਿਆ ਹੈਗਾ। ਹੁਣ ਖੁਰਾਕ ਵੱਲ ਧਿਆਨ ਦੇਣਾ ਪਊਗਾ ਪੂਰਾ। ਅਤੇ ਚਲੋ ਜੀ ਹੁਣ ਮੈਂ ਦੁੱਧ ਰੱਖ ਦਿੰਦੀ ਫਰਿੱਜ ਦੇ ਵਿੱਚ ਠੰਡਾ ਹੋ ਗਿਆ। ਅਤੇ ਲਾਈਟ ਅੱਜ ਸ਼ਾਇਦ 1:30 ਵਜੇ ਦੀ ਲਾਈਟ ਗਈ ਹੋਈ ਹੈਗੀ, ਮੁੜ ਕੇ ਆਈ ਨਹੀਂ ਹੈਗੀ। ਅਤੇ ਦੇਖਦੇ ਹੋ ਵਾਈਫਾਈ ਅੰਦਰ ਲਵਾਉਣਾ ਪੈ ਗਿਆ ਜੀ, ਉੱਥੇ ਅੰਦਰ ਲਵਾਇਆ ਬਾਹਰ ਤੋਂ। ਜਿਹੜੀ ਉਹ ਤਾਰ ਸੀਗਾ ਪਾਈ ਹੋਈ ਨਾ ਵਾਈਫਾਈ ਦੀ, ਉਹ ਪਾਈਪ ਵਿੱਚ ਸੀ। ਜਦੋਂ ਮੈਂ ਕੱਢਣ ਲੱਗੀ ਨੁਕਸਾਨ ਹੀ ਹੋਇਆ, 200 ਰੁਪਏ ਐਕਸਟਰਾ ਉਹਦਾ ਦੇਣਾ ਪੈ ਗਿਆ ਤਾਰ ਦਾ। ਜੋੜ ਲਵਾਈ ਦਾ ਆਪਾਂ, ਜੋੜ ਵੀ ਨਹੀਂ ਸੀ ਉਹਦੀ, ਇੱਕ ਪਾਈਪ ਜੀ ਹੁੰਦੀ ਉਹਦੇ ਵਿੱਚੋਂ ਨਿਕਲ ਗਈ, ਬਰੀਕ ਤਾਰ ਹੁੰਦੀ ਹੈ ਜਿਹੜੀ, ਉਹਦਾ 200 ਰੁਪਏ ਐਕਸਟਰਾ ਦੇਣਾ ਪੈ ਗਿਆ ਹੈ ਨਾ। ਚਲੋ ਜੀ ਫਿਰ ਇਹਦੇ ਨਾਲ ਮੱਥਾ ਲਾਵਾਂਗੇ ਕੱਪੜਿਆਂ ਨਾਲ। ਫਿਲਹਾਲ ਪਹਿਲਾਂ ਦੁੱਧ ਰੱਖਦੇ ਹਾਂ ਅਤੇ ਨਿਸ਼ਾਨ ਦਾ ਪਤਾ ਲੈ ਕੇ ਆਉਂਦੇ ਹਾਂ। ਉਹ ਦੇਖੋ ਪਲੇਅਰ ਸਾਹਿਬ ਆਉਂਦੇ ਨੇ, ਟੀ ਸ਼ਰਟ ਪਾਉਂਦੇ ਨੇ, ਲਾ ਕੇ ਸਿੱਟ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਪਸੀਨਾ ਬਹੁਤ ਜ਼ਿਆਦਾ ਆਉਂਦਾ। ਬਾਹਰ ਤੋਂ ਆਉਂਦੇ ਨੇ ਫਿਰ ਇੱਥੇ ਟੰਗ ਜਾਂਦੇ ਨੇ। ਉਹ ਹੈਂਗਰ ਵੀ ਗਲਤ ਲੱਗਿਆ ਹੋਇਆ। ਚਲੋ ਜੀ ਪਹਿਲਾਂ ਦੁੱਧ ਰੱਖਦਾ, ਫਿਰ ਮੈਂ ਨਿਸ਼ਾਨ ਦਾ ਪਤਾ ਲੈ ਕੇ ਆਉਂਦੇ। ਨਿਸ਼ਾਨ ਨੂੰ ਨਾ ਫੀਵਰ ਸੀਗਾ ਕੱਲ੍ਹ ਸ਼ਾਮ ਨੂੰ, ਉਹਨੂੰ ਹੋਇਆ ਇੱਥੇ ਹੀ ਸੌਂ ਗਿਆ ਸੀ ਸੁੱਤੇ ਨੂੰ, ਫਿਰ ਮੈਂ ਚੱਕ ਕੇ ਵੀ ਫੜਾ ਕੇ ਆਉਂਦਾ ਕਿ ਰਾਤ ਨੂੰ ਜ਼ਿਆਦਾ ਹੋ ਗਿਆ ਹੈ ਨਾ, ਫਿਰ ਬੱਚੇ ਦਾ ਔਖਾ ਹੋ ਜਾਂਦਾ। ਅਤੇ ਚਲੋ ਤੁਹਾਨੂੰ ਬਾਹਰ ਵੀ ਦਿਖਾਉਂਦੀ ਹਾਂ, ਬਹੁਤ ਜ਼ਿਆਦਾ ਕੱਪੜੇ ਨੇ ਅੱਜ ਤਾਂ ਧੋਤੇ ਨੇ ਜਿਹੜੇ ਬਹੁਤ ਜ਼ਿਆਦਾ ਸੀਗੇ, ਧੁੱਪ ਵੀ ਇੰਨੀ ਕੁ ਜ਼ਿਆਦਾ ਬਾਹਰ ਘੈੜੀ ਆ। ਦੇਖੋ ਇੱਧਰ ਬਿਸਤਰਾ ਨੂੰ ਸਾਰੇ ਧੁੱਪ ਲਵਾਈ ਆ, ਫਿਰ ਚੱਕ ਦਿਆਂਗੇ। ਹੈਲੋ ਐਵਰੀਵਨ, ਗੁੱਡ ਮੋਰਨਿੰਗ ਜੀ। ਨਵੀਂ ਸਵੇਰ ਹੋ ਗਈ ਅਤੇ ਨਵੀਂ ਸਵੇਰ ਤੁਹਾਡੇ ਸਾਰਿਆਂ ਲਈ ਅੱਜ ਦਾ ਦਿਨ ਹੈ ਜਿਹੜਾ ਬਹੁਤ ਬਹੁਤ ਵਧੀਆ ਲੰਘੇ। ਲਓ ਜੀ ਲੇਟ ਹੀ ਉੱਠੀ ਹਾਂ ਮੈਂ ਅੱਜ, ਕਿਉਂਕਿ ਸੰਡੇ ਸੀਗਾ। ਅੱਜ ਸੰਡੇ ਕਰਕੇ ਕਲੇਰ ਸਾਹਿਬ ਨੂੰ ਵੀ ਛੁੱਟੀ ਸੀਗੀ, ਬੱਚੇ ਵੀ ਦੋਨੋਂ ਘਰ ਨਹੀਂ ਹੈਗੇ, ਪਿੰਦਰ ਵੀ ਗਿਆ ਹੋਇਆ ਜੀ ਖਰਾਲ ਗੜ ਦੁਆਰਾ ਚਲਿਆ ਗਿਆ ਸੀ ਕੱਲ੍ਹ। ਅਤੇ ਕਹਿੰਦੇ ਨੇ ਸਨੀ ਗਿਆ ਹੋਇਆ ਆਪਣੀ ਭੂਆ ਨੂੰ ਛੱਡਣ ਗਿਆ ਸੀ ਜਿਮ, ਉਹ ਕੱਲ੍ਹ ਰਹਿ ਗਿਆ ਸੀਗਾ ਕਿਉਂਕਿ ਉੱਥੇ ਉਹਨੂੰ 1-2 ਕੰਮ ਸੀਗੇ, ਜ਼ਰੂਰੀ ਕੰਮ ਸੀਗੇ, ਅੱਜ ਸ਼ਾਮ ਤੱਕ ਵਾਪਸ ਆਊਗਾ। ਕਲੇਰ ਸਾਹਿਬ ਹੁਣ ਦੁੱਧ ਅੱਧ ਲਿਆ ਕੇ ਆਪਣਾ ਬਾਹਰ ਚਲੇ ਗਏ, ਕੰਮ ਸੀਗਾ ਉਹਨਾਂ ਨੂੰ ਪਿੰਡ ਦੇ ਵਿੱਚ, ਅਤੇ ਮੈਂ ਇੱਥੇ ਲੱਗੇ ਹੁਣ ਬੈੱਡ ਸ਼ੀਟ ਆਹ ਵਾਲੀ ਹੈ ਜਿਹੜੀ ਚੇਂਜ ਕਰਨ। ਸਿਰ ਥੋੜ੍ਹਾ ਜਿਹਾ ਆਪਣਾ ਮੈਂ ਬਾਲਿਆ, ਅੱਜ ਮੈਂ ਕੀਤੀ ਆ ਪੋਨੀ, ਮੈਂ ਕਿਹਾ ਚੱਲ ਕਰ ਲਈਏ ਪੋਨੀ। ਅਤੇ ਚਲੋ ਜੀ ਇਹ ਤਾਂ ਹੋ ਗਿਆ, ਬੈੱਡ ਸ਼ੀਟ ਚੇਂਜ ਕਰੂੰਗੀ, ਇਹ ਵਾਲੀ ਬੈੱਡ ਸ਼ੀਟ ਆ ਜਿਹੜੀ ਇਹ ਵੀ ਵਾਸ਼ ਕਰੂੰਗੀ, ਇੱਕ ਸਿੰਗਲ ਬੈੱਡ ਸ਼ੀਟ ਇਹ ਵਾਲੇ ਜਿਹੜੇ ਇੱਧਰ ਬੈੱਡ ਨੇ ਨਾ ਇਹ ਵਾਲੇ ਦੀ, ਇਹ ਪਰਸੋਂ ਮੈਂ ਸ਼ਾਇਦ ਪਰਸੋਂ ਚੌਥੇ ਚੇਂਜ ਕੀਤੀ ਸੀਗੀ, ਉਸ ਦਿਨ ਮੀਂਹ ਪੈ ਰਿਹਾ ਸੀਗਾ, ਅਤੇ ਉਹ ਵਾਲੀ ਬੈੱਡ ਸ਼ੀਟ ਵੀ ਆਪਾਂ ਜਿਹੜੀ ਵਾਸ਼ ਕਰਾਂਗੇ, ਅਤੇ ਕੱਪੜੇ ਜਿਹੜੇ ਤੈਅ ਕਰਕੇ ਰੱਖੇ ਹੋਏ ਨੇ ਇਹਨਾਂ ਨੂੰ ਲਾਵਾਂਗੇ ਅਲਮਾਰੀਆਂ ਦੇ ਵਿੱਚ ਸੈੱਟ। ਰਾਤ ਮੈਂ ਤੈਅ ਕਰਕੇ ਲਾਤੇ ਸੀਗੇ, ਰੱਖਤੇ ਸੀਗੇ ਇੱਥੇ ਬੈੱਡ 'ਤੇ, ਅਤੇ ਮੇਰਾ ਹੱਥ ਨਾ ਪੂਰਾ ਮਤਲਬ ਪੂਰੀ ਬਾਂਹ ਜਿਹੜੀ ਜਿਵੇਂ ਸੌਂ ਜਿਹਾ ਨਹੀਂ ਜਾਂਦੀ, ਇਸ ਤਰ੍ਹਾਂ ਹੋ ਜਾਂਦੀ ਆ, ਵਾਰ ਵਾਰ ਸੁੰਨ ਹੋ ਰਹੀ ਹੈਗੀ, ਪਤਾ ਨਹੀਂ ਕਿਉਂ ਹੈ ਨਾ। ਕਲੇਰ ਸਾਹਿਬ ਕਹਿੰਦੇ ਸੀ, ਕਹਿੰਦੇ ਕਮਜ਼ੋਰੀ ਬਹੁਤ ਜ਼ਿਆਦਾ ਗੀ, ਵੀ ਕੋਈ ਨਹੀਂ ਅੱਜ ਕਹਿੰਦੇ ਮੈਂ ਘਰ ਹਾਂ ਅਤੇ ਦੇਖਦੇ ਹਾਂ ਦਵਾਈ ਦਵੂਈ ਦਵਾ ਕੇ ਲਿਆਉਂਦੇ ਨੇ, ਜਾਂ ਫਿਰ ਕਿਉਂਕਿ ਪਤਾ ਨਹੀਂ ਉਹਨਾਂ ਦਾ ਹੁਣ ਆਪਣਾ ਜਿਵੇਂ ਕਿ ਗੱਡੀਆਂ ਦਾ ਕੰਮ ਹੈਗਾ, ਕੋਈ ਪਤਾ ਨਹੀਂ ਕਿਹੜੇ ਟਾਈਮ ਉਹ ਚਲੇ ਜਾਣ ਹੈ ਨਾ, ਕਾਲ ਆ ਜਾਵੇ ਜਾਣਾ ਗੱਡੀ ਲੈ ਕੇ, ਪਰ ਉਹ ਚਲੇ ਜਾਂਦੇ ਨੇ, ਫਿਰ ਉੱਥੇ ਹੀ ਰਹਿ ਜਾਂਦਾ। ਵੈਸੇ ਮੈਡੀਸਨ ਖਾ ਤਾਂ ਰਹੀ ਹਾਂ ਮੈਂ ਹੈ ਨਾ, ਦੇਖਦੇ ਹਾਂ ਹੁਣ ਕਈ ਦਿਨਾਂ ਤੋਂ ਖਤਮ ਆ ਗਈ, ਪਰ ਪਤਾ ਨਹੀਂ ਕਿਉਂ ਇਹ ਵਾਲੀ ਬਾਂਹ ਹੀ ਪੂਰੀ ਇੱਦਾਂ ਜਿਵੇਂ ਕਿ ਆਪਣੀ ਸੌਂ ਜਿਹੜੀ ਜਾਂਦੇ ਹੱਥ ਪੈਰ ਉੱਦਾਂ ਹੋਏ ਪਏ ਆ, ਪੂਰਾ ਹੱਥ ਹੀ ਜਾਣੀ ਕਿ ਅੱਧੀ ਬਾਂਹ ਪੂਰਾ ਹੱਥ ਜਿਹੜਾ ਇਸ ਤਰ੍ਹਾਂ ਹੋ ਗਿਆ। ਮੈਂ ਵਾਰ ਵਾਰ ਇਸ ਤਰ੍ਹਾਂ ਕਰ ਰਹੀ ਹਾਂ, ਕਦੇ ਕਲੇਰ ਸਭ ਤੋਂ ਘਟਾ ਰਹੀ ਹਾਂ ਕਿ ਮਾਲਿਸ਼ ਜੀ ਕਰਵਾ ਰਹੀ ਹੈਗੀ, ਪਤਾ ਨਹੀਂ ਕਿਉਂ ਇਸ ਤਰ੍ਹਾਂ ਹੋ ਰਿਹਾ। ਚਲੋ ਜੀ ਬੈੱਡਸ਼ੀਟ ਕਰਦੇ ਹਾਂ ਚੇਂਜ, ਪਹਿਲਾਂ ਥੋੜ੍ਹਾ ਪਾਣੀ ਪੀਂਦੀ ਹਾਂ, ਫਿਰ ਉਸ ਤੋਂ ਬਾਅਦ ਆਪਾਂ ਕੈਮਰੇ 'ਤੇ ਸੈੱਟ ਕਰਾਂਗੇ। ਹੁਣ ਹੈਗਾ ਮੇਰਾ ਛੋਟੇ ਵਾਲੇ ਇਹਤੇ, ਹਾਂ ਦੇਖੋ ਇਸ 'ਤੇ ਮੈਂ ਸੈੱਟ ਕਰਿਆ ਹੋਇਆ, ਇਹਤੇ ਛੋਟਾ ਮੇਰੇ ਕੋਲ ਹੈ ਟ੍ਰਾਈਪੋਡ ਇੱਕ, ਠੀਕ ਆ ਜੀ। ਚਲੋ ਆਪਾਂ ਹੁਣ ਕਰਦੇ ਹਾਂ ਬਲੌਗ। ਲਓ ਜੀ ਬੈੱਡ ਸ਼ੀਟ ਆਪਾਂ ਚੇਂਜ ਕਰਨੀ ਸ਼ੁਰੂ ਕਰਦੇ ਹਾਂ, ਅਤੇ ਪਿੱਲੋ ਕਵਰ ਚੜ੍ਹਾ ਲੈਂਦੇ, ਉਸ ਤੋਂ ਬਾਅਦ ਫਿਰ ਵਾਸ਼ਿੰਗ ਮਸ਼ੀਨ ਲਾ ਕੇ ਆਊਂਗੀ।
ਅਤੇ ਕੱਲ੍ਹ ਮੇਰੀ ਮਤਲਬ ਇੱਕ ਨਣਦ ਅੱਜ ਚਲੀ ਗਈ, ਜਿਵੇਂ ਤੁਹਾਨੂੰ ਦੱਸਿਆ ਦੋ ਕੱਲ੍ਹ ਚਲੀਆਂ ਗਈਆਂ ਸੀਗੀਆਂ। ਕੱਲ੍ਹ ਵੀ ਬਹੁਤ ਜ਼ਿਆਦਾ ਕੱਪੜੇ ਮੈਂ ਮਤਲਬ ਧੋਤੇ ਸੀਗੇ, ਅੱਜ ਫਿਰ ਕਾਫੀ ਧੋਣੇ ਪੈਣਗੇ, ਹੈ ਨਾ। ਅਤੇ ਬਾਕੀ ਦੇਖੋ ਪਹਿਲਾਂ ਸਫਾਈਆਂ ਕਰਦੇ, ਹੈ ਨਾ, ਕੋਈ ਵੀ ਤਿਉਹਾਰ ਆਉਂਦਾ ਫਿਰ ਰਿਸ਼ਤੇਦਾਰ ਆ ਕੇ ਚਲੇ ਜਾਂਦੇ ਨੇ, ਫਿਰ ਬਾਅਦ ਦੇ ਵਿੱਚ ਫਿਰ ਸਫਾਈਆਂ, ਹੈ ਨਾ, ਇਸ ਤਰ੍ਹਾਂ ਹੀ ਚੱਲਦੇ ਰਹਿੰਦੇ ਨੇ ਕੰਮ। ਦੇਖੋ ਪਹਿਲਾਂ ਰੱਖੜੀਆਂ ਦੀ ਸਫਾਈ ਹੋ ਗਈ, ਹੁਣ ਮੇਲੇ ਦੀ ਸਫਾਈ ਹੋ ਗਈ, ਪਹਿਲਾਂ ਮੇਲੇ ਤੋਂ ਸਫਾਈ ਕੀਤੀ, ਹੁਣ ਨਣਦਾਂ ਨੂੰ ਤੋਰ ਕੇ ਫਿਰ ਮੈਂ ਆਪਣੇ ਕੰਮ ਕਾਰ ਸ਼ੁਰੂ ਕਰਤੇ ਆ। ਜਾਣੀ ਕਿ ਹੁਣ ਬੈੱਡ ਸ਼ੀਟ ਜਿਹੜੀ ਉਸ ਦਿਨ ਵਿਸਾਈ ਸੀ ਇਹ ਵੀ ਚੇਂਜ ਕਰਕੇ ਆਪਾਂ ਅੱਜ ਧੋ ਦੇਵਾਂਗੇ। ਇਸ ਤਰ੍ਹਾਂ ਚੱਲਦੇ ਰਹਿੰਦੇ ਨੇ ਘਰ ਦੇ ਕੰਮ ਕਾਰ, ਹੈ ਨਾ। ਆਹੋ ਜੀ, ਬੈੱਡ ਸ਼ੀਟ ਆਪਾਂ ਚੇਂਜ ਕਰਤੀ, ਅਤੇ ਇਹ ਵਾਲੇ ਬੈੱਡਾਂ ਦੇ ਨਾ ਮੇਰੇ ਬਹੁਤ ਘੱਟ ਕੁਸ਼ਨ ਕਵਰ ਕੁਸ਼ਨ ਰੱਖੇ ਨੇਗੇ, ਅਤੇ ਦੂਸਰੇ ਬੈੱਡਾਂ 'ਤੇ ਮੈਂ ਬਹੁਤ ਕੁਸ਼ਨ ਰੱਖਦੀ ਹੁੰਦੀ ਸੀ। ਬੈੱਡ ਸ਼ੀਟ ਵਿਛਾ ਤੀ ਆਪਾਂ, ਅਤੇ ਮੈਨੂੰ ਤਾਂ ਨਾ ਇੱਦਾਂ ਸਾਫ਼ ਸਾਫ਼ ਬੈੱਡ ਸ਼ੀਟ ਵਿਛੀ ਹੋਈ ਵਧੀਆ ਲੱਗਦੀ ਆ, ਜਦੋਂ ਇਕੱਠੀ ਜਿਹੋ ਜਿਹੇ ਨੇ ਬਲਜੇ ਪਾਉਂਦੇ ਨੇ ਮੈਨੂੰ ਇੰਨੀ ਘਬਰਾਹਟ ਹੁੰਦੀ ਆ, ਇੰਨੀ ਘਬਰਾਹਟ ਹੁੰਦੀ। ਕਲੇਰ ਸਾਹਿਬ ਹੱਸਦੇ ਹੁੰਦੇ ਨੇ, ਕਹਿੰਦੇ ਸਾਰਾ ਦਿਨ ਨਹੀਂ ਟਿਕਦੀ, ਸਾਰਾ ਦਿਨ ਲੱਗੀ ਰਹਿੰਦੀ ਆ। ਬਹੁਤ ਜ਼ਿਆਦਾ ਮਜ਼ਾਕ ਵੀ ਉਡਾਉਂਦੇ ਨੇ, ਅਤੇ ਹਾਲ ਆ ਕੀ ਕਹਿੰਦੇ ਨੇ ਉਹ ਹਾਲ ਹਾਲ ਵੀ ਕਰਦੇ ਨੇ। ਦੇਖੋ ਜੀ ਬਾਹਰ ਦਾ ਮੌਸਮ, ਧੁੱਪ ਪੂਰੀ ਚੜ ਚੁੱਕੀ ਹੈ, ਅਤੇ ਹੁਣ ਆਪਾਂ ਕੱਪੜੇ ਜਿਹੜੇ ਪਾ ਕੇ ਆਉਂਦੇ ਹਾਂ ਮਸ਼ੀਨ ਦੇ ਵਿੱਚ, ਮੈਂ ਕਿਹਾ ਚਲੋ ਤੁਹਾਨੂੰ ਬਾਹਰ ਦਾ ਦਿਖਾ ਦਈਏ ਇੱਕ ਵਾਰ। ਲਓ ਜੀ, ਇੱਥੇ ਕੱਪੜੇ ਵੀ ਮਸ਼ੀਨ ਦੇ ਵਿੱਚ ਪਾਤੇ ਸੀਗੇ ਮੈਂ, ਅਤੇ ਝਾੜੂ ਵੀ ਹੋ ਗਿਆ ਸੀ, ਇੱਥੇ ਖਾਣਾ ਵੀ ਖਾ ਕੇ ਕਿਚਨ ਵੀ ਆਪਾਂ ਸਾਫ਼ ਕਰ ਲਿਆ ਸੀਗਾ ਮੈਂ, ਅਤੇ ਉਸ ਤੋਂ ਬਾਅਦ ਇੱਥੇ ਕੱਲ੍ਹ ਮਲਾਈ ਰਿੜਕੀ ਸੀਗੀ, ਮੱਖਣ ਮੈਂ ਫਰਿੱਜ 'ਚ ਰੱਖਤਾ ਸੀ ਕੱਲ੍ਹ ਰਿੜਕ ਕੇ, ਉਹੀ ਹੁਣ ਮੱਖਣ ਇੱਥੇ ਗਰਮ ਕਰਨ ਲੱਗੀ ਸੀ, ਨਾਲ ਹੀ ਦੁੱਧ ਰੱਖਿਆ, ਗਰਮ ਹੋ ਜੂਗਾ ਵੀ ਉਬਾਲ ਕੇ ਰੱਖ ਦੂੰਗੀ, ਫਿਰ ਮਲਾਈ ਵਗੈਰਾ ਆ ਜਾਂਦੀ ਹੈ, ਹੈ ਨਾ। ਸਵੇਰ ਟਾਈਮ ਹੀ ਦੁੱਧ ਨੂੰ ਉਬਾਲਦੀ, ਕਦੇ ਹੁੰਦਾ ਵੀ ਦੁਪਹਿਰ ਟਾਈਮ ਵੀ ਉਬਾਲ ਲੈਂਦੇ, ਵੀ ਜਦੋਂ ਮੈਨੂੰ ਟਾਈਮ ਮਿਲਦਾ ਉਬਾਲ ਲੈਂਦੇ ਹੁੰਦੇ, ਜ਼ਿਆਦਾਤਰ ਤਾਂ ਸਵੇਰ ਦੇ ਟਾਈਮ ਹੀ ਦੁੱਧ ਉਬਾਲਦੇ, ਫਿਰ ਇਹ ਹੁੰਦਾ ਵੀ ਫਰਿੱਜ 'ਚ ਰੱਖਿਆ ਜਾਂਦਾ, ਮਲਾਈ ਥੋੜ੍ਹੀ ਮੋਟੀ ਆ ਜਾਂਦੀ ਆ। ਲਓ ਜੀ, ਹੁਣ ਇੱਥੇ ਮੱਖਣ ਵੀ ਗਰਮ ਕਰ ਦੂੰਗੀ, ਨਾਲ ਦੀ ਨਾਲ ਮੈਂ ਸਿੰਕ ਵੀ ਸਾਫ਼ ਕਰ ਦੂੰਗੀ। ਬਾਕੀ ਸਾਰੀ ਸਫਾਈ ਹੋ ਗਈ ਸੀ, ਅੰਦਰ ਡਸਟਿੰਗ ਦਾ ਝਾੜੂ ਦਾ ਸਾਰਾ ਕੰਮ ਹੋ ਗਿਆ ਸੀ, ਦੋ ਰਾਊਂਡ ਲਓ ਜੀ, ਇੱਧਰ ਆਪਾਂ ਮੱਖਣ ਰੱਖ ਦਿੱਤਾ ਗਰਮ ਹੋਣ ਲਈ, ਇੱਧਰ ਦੁੱਧ ਰੱਖ ਦਿੱਤਾ, ਠੀਕ ਆ ਜੀ। ਇੱਧਰ ਦੋ ਭਾਂਡੇ ਨੇ ਜਿਹੜੇ ਆਪਾਂ ਇਹ ਵੀ ਸਾਫ਼ ਕਰ ਗਏ, ਬਾਕੀ ਸਾਰੇ ਹੋ ਗਏ ਸੀਗੇ। ਲਓ ਜੀ, ਬਰਤਨ ਲੱਗੀ ਸੀ ਸਾਫ਼ ਕਰਨ, ਅਤੇ ਅੱਜ ਵੀ ਉਹੀ ਹੋਇਆ ਜੀ, ਕਲੇਰ ਸਾਹਿਬ ਚਲੇ ਗਏ ਸੀਗੇ, ਅੱਜ ਵੀ ਮੇਰੀ ਦਵਾਈ ਰਹਿ ਗਈ, ਪਰ ਕਲੇਰ ਸਾਹਿਬ ਨੂੰ ਫਿਰ ਮੈਂ ਕਹਿਤਾ ਸੀ, ਮੈਂ ਕਿਹਾ ਤੁਸੀਂ ਆਪਣੇ ਆਪ ਕੋਈ ਵੀ ਮੈਨੂੰ ਤਾਕਤ ਵਾਲੀ ਸੀਸੀ ਲਿਆ ਕੇ ਦੇ ਦਿਓ, ਹੈ ਨਾ, ਵੀ ਚਲੋ ਮੈਨੂੰ ਥੋੜ੍ਹਾ ਜਿਹਾ ਠੀਕ ਲੱਗੂਗਾ, ਮੈਂ ਠੀਕ ਜੀ ਹੋ ਜੂੰਗੀ। ਉਹ ਕਹਿੰਦੇ ਲਓ ਜੀ, ਕਿਚਨ ਦੀ ਸਾਰੀ ਸਫਾਈ ਕਰਨ ਤੋਂ ਬਾਅਦ ਸਿੰਕ ਵਗੈਰਾ ਸਾਫ਼ ਕਰਕੇ ਇੱਥੇ ਬੈਠ ਕੇ ਸੀ ਮੈਂ ਕੱਪੜੇ ਧੋਣ, ਅਤੇ ਕੁਛ ਮਸ਼ੀਨ ਦੇ ਵਿੱਚੋਂ ਸੀ ਉਹ ਕੱਢ ਕੇ ਲਿਆ ਰਹੀ ਸੀਗੀ, ਨਾਲ ਹੀ ਮੋਟਰ ਚਲਾ ਲਈ ਸੀਗੀ, ਕਿਉਂਕਿ ਮੋਟੇ ਕੱਪੜੇ ਸੀ ਜਿਵੇਂ ਬੈੱਡ ਸ਼ੀਟ ਹੋ ਗਈ, ਟਾਵਲ ਵਗੈਰਾ, ਇੱਕ ਡਬਲ ਬੈੱਡ ਦੀ ਸ਼ੀਟ ਸੀਗੀ, ਇੱਕ ਸਿੰਗਲ ਦੀ ਸੀਗੀ। ਫਿਰ ਇਹਦਾ ਸਰਫ ਵਗੈਰਾ ਤਾਂ ਦੇਖੋ ਪਾਣੀ ਚੰਗਾ ਖੁੱਲ੍ਹੇ ਨਾਲ ਹੀ ਨਿਕਲਦਾ, ਹੈ ਨਾ। ਅਤੇ ਇੱਥੇ ਜਿਵੇਂ ਕਿ ਖਾਣਾ ਖਾਣ ਤੋਂ ਬਾਅਦ ਪਤਾ ਨਹੀਂ ਇੱਕਦਮ ਮੇਰੀ ਢੂਹੀ ਨੂੰ ਕੀ ਹੋਇਆ, ਪਤਾ ਨਹੀਂ ਨਾੜ ਜਿਹੜੀ ਹੈ ਕੀ ਹੋਇਆ, ਕੁਛ ਨਹੀਂ ਪਤਾ ਲੱਗਿਆ ਮੈਨੂੰ, ਮਤਲਬ ਇੰਨਾ ਕੁ ਜ਼ਿਆਦਾ ਨਾ ਹੀ ਮੇਰੇ ਤੋਂ ਬੈਠਿਆ ਜਾਂਦਾ ਸੀ, ਨਾ ਹੀ ਇੱਧਰ ਉੱਧਰ ਹੋਇਆ ਜਾਂਦਾ। ਇੱਥੇ ਕੱਪੜੇ ਮੈਂ ਬੈਠ ਤਾਂ ਗਈ ਸੀ ਧੋਣ, ਪਰ ਬਹੁਤ ਮੁਸ਼ਕਲ ਆਈ ਮੈਨੂੰ ਕੱਪੜੇ ਧੋਣ ਦੇ ਵਿੱਚ, ਬੈਠਦੀ 'ਤੇ ਤਾਂ ਉੱਠਿਆ ਨਹੀਂ ਜਾਂਦਾ ਸੀ, ਉੱਠ
ਉੱਠ ਕੇ ਬੈਠਿਆ ਨਹੀਂ ਜਾਂਦਾ ਸੀ, ਇਸ ਤਰ੍ਹਾਂ ਦਾ ਹਾਲਤ ਮੇਰੀ ਹੋਈ ਪਈ ਸੀ। ਉਸ ਤੋਂ ਪਹਿਲਾਂ ਮੈਂ ਮੂਵ ਵਗੈਰਾ ਵੀ ਮਲੀ ਹੈਗੀ, ਮੂਵ ਮਲ ਕੇ ਫਿਰ ਹੀ ਮੈਂ ਕਿਚਨ ਦੀ ਸਫਾਈ ਕਰਨ ਲੱਗੀ ਸੀਗੀ, ਬਹੁਤ ਜ਼ਿਆਦਾ ਤਕਲੀਫ ਹੋ ਰਹੀ ਸੀਗੀ। ਲਓ ਜੀ ਕੱਪੜੇ ਆਪਾਂ ਧੋਤੇ ਸੀਗੇ, ਧੋ ਕੇ ਹੁਣ ਆਪਾਂ ਪਾ ਦਿੰਦੇ ਹਾਂ ਸੁੱਕਣੇ, ਬੈੱਡ ਸ਼ੀਟਾਂ ਸੀਗੀਆਂ ਜਿਹੜੀਆਂ ਸੁੱਕਣੀਆਂ ਪਾ ਦਿੱਤੀਆਂ ਸੀਗੀਆਂ, ਟਾਵਲ ਵਗੈਰਾ ਸੀ ਜਿਹੜੇ ਉਹ ਵੀ ਸੁੱਕਣੇ ਪਾ ਰਹੀ ਹਾਂ ਇੱਥੇ ਹੁਣ ਮੈਂ, ਹੈ ਨਾ, ਵੀ ਟਾਈਮ ਨਾਲ ਚਲੋ ਸੁੱਕ ਜਾਣਗੇ, ਕਦੇ ਧੁੱਪ ਜਾਂ ਛਾਂ ਇੱਦਾਂ ਮੌਸਮ ਆਂਗਾ, ਕਦੇ ਤਾਂ ਪੂਰੀ ਜ਼ਿਆਦਾ ਗਰਮੀ ਹੋ ਜਾਂਦੀ ਧੁੱਪ ਆਉਂਦੀ ਆ, ਕਦੇ ਥੋੜ੍ਹਾ ਠੰਡਾ ਜਿਹਾ ਮੌਸਮ ਹੋ ਜਾਂਦਾ, ਕਈ ਵਾਰ ਹਵਾ ਚੱਲ ਪੈਂਦੀ, ਕਈ ਵਾਰ ਬੰਦ ਹੋ ਜਾਂਦੀ, ਇਸ ਤਰ੍ਹਾਂ ਦਾ ਮੌਸਮ ਹੁਣ ਹੋਇਆ ਪਿਆ ਗਾ, ਹੈ ਨਾ। ਅਤੇ ਬਾਕੀ ਚਲੋ ਜੀ ਕੱਪੜੇ ਧੋ ਕੇ ਫਿਰ ਘੀ ਵੀ ਰੱਖਿਆ ਹੋਇਆ ਸੀਗਾ ਉਹਨੂੰ ਚੈੱਕ ਕਰਦੀ ਹਾਂ ਬਣ ਕੇ, ਕਿਤੇ ਹੋਰ ਨਾ ਕੱਢ ਕੇ ਬਲੈਕ ਹੀ ਹੋ ਜਾਵੇ, ਹੈ ਨਾ। ਚਲੋ ਜੀ ਚੱਲਦੇ ਹਾਂ ਹੁਣ ਕਿਚਨ 'ਚ, ਕੱਪੜੇ ਆਪਾਂ ਸੁੱਕਣੇ ਪਾ ਦਿੱਤੇ ਨੇਗੇ, ਅਤੇ ਹੁਣ ਆਪਾਂ ਘੀ ਦਾ ਦੇਖਦੇ ਹਾਂ, ਬੰਦ ਕਰਦੇ ਹਾਂ ਗੈਸ ਦੇਖ ਕੇ, ਇੱਕ ਵਾਰ ਵਿੱਚ ਹੀ ਚੈੱਕ ਕਰ ਆਈ ਸੀ ਵੈਸੇ ਤਾਂ ਮੈਂ। ਕੱਪੜੇ ਆਪਾਂ ਧੋ ਅਤੇ ਸਾਰੇ ਸੁੱਕਣੇ ਪਾ ਤੇ, ਵਿਹੜਾ ਸਾਰਾ ਆਪਣਾ ਝਾੜੂ ਲੱਗਿਆ ਹੋਇਆ, ਅਤੇ ਹੁਣ ਆਪਾਂ ਅੰਦਰ ਘੀ ਚੈੱਕ ਕਰ ਲਈਏ। ਲਓ ਜੀ ਘੀ ਵੀ ਆਪਣਾ ਬਣ ਚੁੱਕਿਆ, ਗੈਸ ਬੰਦ ਕਰ ਦੇਣੀ, ਦੇਖੋ ਵਧੀਆ ਬਣ ਗਿਆ। ਲਓ ਜੀ ਲਗਾਤਾਰ ਤਿੰਨ ਚਾਰ ਵੀਡੀਓ 'ਤੇ ਜਿਹੜਾ ਫਸਟ ਕਮੈਂਟ ਆ ਰਿਹਾ ਹੈਗਾ, ਹੈ ਨਾ, ਉਹਨਾਂ ਦਾ ਨਾਮ ਹੈਗਾ ਨਿਜ਼ੋਲੀ ਕਿਊਟੀ। ਥੈਂਕ ਯੂ ਸੋ ਮੱਚ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਸੋਰੀ ਵੀ ਹੈ ਮੈਂ, ਕਿਉਂਕਿ ਕਾਫੀ ਦਿਨਾਂ ਤੋਂ ਮੈਂ ਤੁਹਾਡਾ ਨਾਮ ਨਹੀਂ ਲੈ ਸਕੀ, ਕਿਉਂਕਿ ਥੋੜ੍ਹਾ ਬਿਜ਼ੀ ਸੀ ਨਾ ਤਾਂ ਕਰਕੇ। ਨਿਜ਼ੋਲੀ ਕਿਊਟੀ, ਥੈਂਕ ਯੂ ਸੋ ਮੱਚ। ਲਓ ਜੀ ਉਸ ਤੋਂ ਬਾਅਦ ਇੱਥੇ ਲੱਗ ਗਈ ਸੀਗੀ ਮੈਂ ਜਿਹੜੇ ਕੱਪੜੇ ਸੀਗੇ, ਕੱਪੜਿਆਂ ਨੂੰ ਅਲਮਾਰੀਆਂ ਵਿੱਚ ਸੈੱਟ ਕਰਕੇ ਰੱਖਣ ਲੱਗ ਗਈ ਸੀਗੀ, ਹੋਰ ਸਾਰੇ ਕੰਮ ਹੋ ਗਏ ਸੀ, ਇੱਥੇ ਕਲੀਅਰ ਸਾਹਿਬ ਵੀ ਆ ਗਏ ਸੀਗੇ ਵਾਪਸ, ਹੈ ਨਾ। ਅਤੇ ਕੱਪੜੇ ਸਾਰੇ ਅਲਮਾਰੀਆਂ 'ਚ, ਦੋਨੋਂ ਅਲਮਾਰੀਆਂ 'ਚ ਸੈੱਟ ਕਰਕੇ ਰੱਖ ਦੂੰਗੀ, ਉਸ ਤੋਂ ਬਾਅਦ ਬਸ ਮੇਰਾ ਨਹਾਉਣਾ ਨਹਾਉਣਾ ਰਹਿ ਜੂ। ਵੈਸੇ ਮੈਂ ਨਹਾਉਣ ਜਾਂਦੀ ਸੀਗੀ ਪਰ ਫਿਰ ਕਲੀਅਰ ਸਾਹਿਬ ਆ ਗਏ, ਕਲੀਅਰ ਸਾਹਿਬ ਕਹਿੰਦੇ ਪਹਿਲਾਂ ਦਮ ਲੈ ਲਾ ਥੋੜ੍ਹਾ ਬੈਠ ਜਾ ਫਿਰ ਨਾਲ ਹੀ ਆਪਣਾ, ਉਹ ਕਹਿੰਦੇ ਸੀ ਮੂਵ ਮੈਂ ਮਲ ਦਿੰਦਾ, ਮੈਂ ਕਿਹਾ ਨਹੀਂ ਵੀ ਮੈਂ ਨਹਾ ਕੇ ਮੂਵ ਮਲੂੰਗੀ ਕਿਉਂਕਿ ਫਿਰ ਮੈਨੂੰ ਨਹਾਉਣਾ ਪਊਗਾ, ਮੈਂ ਕਿਹਾ ਵੀ ਨਹਾਉਣ ਕਰਕੇ ਫਿਰ ਕਈ ਵਾਰ ਜ਼ਿਆਦਾ ਹੋ ਜਾਂਦਾ, ਹੈ ਨਾ, ਹਵਾ ਵਗੈਰਾ ਵੀ ਨਹੀਂ ਲੱਗਣੀ ਚਾਹੀਦੀ, ਮੈਂ ਕਿਹਾ ਵੀ ਬਾਅਦ ਦੇ ਵਿੱਚ ਦੇਖਦੀ ਹਾਂਗੀ ਵੀ ਪਹਿਲਾਂ ਮੈਂ। ਡੇਢ ਵੱਜਣ ਵਾਲਾ ਹੋ ਗਿਆ, ਹੁਣ ਆਪਾਂ ਬਣਾਉਂਦੇ ਹਾਂ ਚਾਹ, ਐਨੂੰ ਪਤਾ ਡੇਢ ਵੱਜ ਹੀ ਗਿਆ ਹੋਵੇ, ਚਾਹ ਪੀਂਦੇ ਹਾਂ, ਚਾਹ ਪੀ ਕੇ ਉਸ ਤੋਂ ਬਾਅਦ ਦੇਖਦੇ ਹਾਂ ਹੋਰ ਕੀ ਕੰਮ ਕਾਰ ਕਰਦੇ ਅੱਜ। ਪਹਿਲਾਂ ਕੈਮਰਾ ਸੈੱਟ ਕਰ ਲਿਆ, ਤਾਂ ਚਾਹ ਪਾਣੀ ਪਾ ਲਈ, ਲਓ ਜੀ ਇੱਥੇ ਲੱਗੀ ਹਾਂ ਚਾਹ ਬਣਾਉਣ। ਅਤੇ ਕਲੀਅਰ ਸਾਹਿਬ ਨੂੰ ਮੈਂ ਪੁੱਛਿਆ ਸੀਗਾ ਵੀ ਚਾਹ ਪੀਓਗੇ ਕਿ ਸ਼ੇਕ ਪੀਓਗੇ, ਕਲੀਅਰ ਸਾਹਿਬ ਕਹਿੰਦੇ ਚਾਹ ਪੀਣੀ ਆ, ਪਹਿਲਾਂ ਉਹ ਕਹਿੰਦੇ ਸੀ ਮੈਂ ਬਣਾ ਕੇ ਲਿਆਉਣਾ, ਪਰ ਮੇਰੇ ਵਾਲੀ ਕਹਿੰਦੇ ਚਾਹ ਵੀ ਤੇਰੇ ਪਸੰਦ ਨਹੀਂ ਆਉਣੀ, ਮੈਂ ਤੇਜ਼ ਪੱਤੀ ਪਾਉਣੀ ਆ। ਵੈਸੇ ਤਾਂ ਦੇਖੋ ਮੈਂ ਵੀ ਕੜੀ ਹੋਈ ਚਾਹ ਪੀਂਦੀ ਹਾਂ, ਮੈਨੂੰ ਵੀ ਮਤਲਬ ਕੱਚੀ ਜਿਹੀ ਚਾਹ ਨਹੀਂ ਪਸੰਦ ਹੈਗੀ, ਮੈਂ ਕੜੀ ਕੜੀ ਚਾਹ ਪੀਂਦੀ ਹੁੰਦੀ ਹਾਂ, ਉਹਨੂੰ ਕਾੜ ਕੇ ਮਤਲਬ 2-4 ਮਿੰਟ ਚਾਹ ਦੇ ਵਿੱਚ ਆਪਾਂ ਜੇ ਦੁੱਧ ਪਾ ਕੇ ਉਬਾਲ ਆ ਜਾਂਦਾ ਤਾਂ ਮੈਂ 2-4 ਮਿੰਟ ਉਹਨੂੰ ਕਾੜਦੀ ਹੈਗੀ, ਹੈ ਨਾ, ਮੈਨੂੰ ਵੀ ਕੱਚੀ ਜਿਹੀ ਚਾਹ ਨਹੀਂ ਟੇਸਟੀ ਲੱਗਦੀ ਹੈਗੀ, ਹੈ ਨਾ। ਅਤੇ ਆਪਣੀ ਜਿਹੜੀ ਚਾਹ ਬਣਾਉਣੀ ਹੁੰਦੀ ਉਹ ਮੈਂ ਸਪੈਸ਼ਲੀ ਬਣਾ ਕੇ ਪੀਂਦੀ ਹੁੰਦੀ ਹੈਗੀ, ਉਹਨੂੰ ਪੂਰਾ ਕਾੜ ਕੇ ਹੀ ਪੀਂਦੀ ਹੁੰਦੀ ਹੈਗੀ,
ਪਰ ਫਿਰ ਮੈਂ ਕਿਹਾ ਚਲੋ ਕਿੱਥੇ ਤੁਸੀਂ ਬਣਾਓਗੇ, ਇੱਕ ਦਿਨ ਬਣਾਈ ਵੀ ਸੀ ਉਹਨਾਂ ਨੇ, ਉਹ ਵੀਡੀਓ ਸਕਿੱਪ ਹੋ ਗਈ ਜੀ। ਲਓ ਜੀ ਇੱਥੇ ਚਾਹ ਦੇ ਵਿੱਚ ਨੂੰ ਉਬਾਲ ਆ ਗਿਆ ਅਤੇ ਆਪਾਂ ਇਹਦੇ ਵਿੱਚ ਦੁੱਧ ਪਾਉਣੇ ਆ। ਮੈਨੂੰ ਲੱਗਦਾ ਨਹੀਂ ਜਿਹੜੇ ਮੇਰੇ ਨਵੇਂ ਸਬਸਕ੍ਰਾਈਬਰ ਭੈਣ ਭਰਾ ਜਾਂ ਮੇਰੇ ਵਿਊਬਰਸ ਨਵੇਂ ਨੇਗੇ, ਉਹ ਜਾਣਨਾ ਚਾਹੁੰਦੇ ਨੇ ਵੀ ਮੈਂ ਕਿੱਥੋਂ ਬਲੌਗਿੰਗ ਕਰਦੀ ਹਾਂ, ਮੇਰਾ ਪਿੰਡ ਕਿਹੜਾ। ਦੇਖੋ ਜੀ ਮੇਰਾ ਪਿੰਡ ਹੈਗਾ ਸੁਨਾਮ ਕੋਲ ਗੰਡੂਆਂ, ਸੁਨਾਮ ਤੋਂ 20 ਕਿਲੋਮੀਟਰ ਆ ਪਿੰਡ ਮੇਰਾ ਗੰਡੂਆਂ। ਅਤੇ ਜੇ ਤੁਸੀਂ ਕਹੋ ਮੈਂ ਪੂਰੀ ਵੀਡੀਓ ਬਣਾ ਦੂੰ ਜੀ, ਮੇਰਾ ਨਾਮ, ਮੇਰਾ ਪਿੰਡ, ਕਿਸ ਤਰ੍ਹਾਂ ਬਲੌਗ ਮੈਂ ਮਤਲਬ ਸ਼ੁਰੂ ਕੀਤਾ, ਸਾਰੀ ਮੈਂ ਜਾਣਕਾਰੀ ਤੁਹਾਨੂੰ ਦੇਣਾ ਚਾਹੁੰਦੀ ਹਾਂ। ਤੁਸੀਂ ਕਮੈਂਟ ਬੋਕਸ ਦੇ ਵਿੱਚ ਲਿਖਿਓ ਵੀ ਇੱਕ ਪੂਰਾ ਵੀਡੀਓ ਜਿਹੜਾ ਮੈਂ ਆਪਣੇ ਪਰਿਵਾਰ ਨਾਲ, ਕਿੰਨੇ ਅਸੀਂ ਫੈਮਿਲੀ ਮੈਂਬਰ ਆਂਗੇ, ਹੈ ਨਾ, ਕੀ ਮੇਰੇ ਹਸਬੈਂਡ ਦਾ ਨਾਮ ਆ, ਮੈਂ ਪੂਰਾ ਕੀ ਸਾਡਾ ਕੰਮ ਕਾਰ ਆ, ਹੈ ਨਾ, ਸਾਰਾ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੂੰਗੀ। ਅਤੇ ਅੱਜ ਦਾ ਵੀਡੀਓ ਇੰਨਾ ਕੀ ਹੈ ਜੀ, ਲਾਈਕ ਸ਼ੇਅਰ ਜ਼ਰੂਰ ਕਰਿਓ। ਸਤਿ ਸ਼੍ਰੀ ਅਕਾਲ।